ਪ੍ਰਕਿਰਿਆ। ਮੇਲਾ ਕਹਿੰਦੇ ਉਹ ਮੇਲਾ ਜਿੱਥੇ ਮਨ ਖੁਸ਼ ਹੋ ਜਾਵੇ, ਜਿੱਥੇ ਮਨ ਉਦਾਸ ਹੋਵੇ ਉਹ ਮੇਲਾ ਨਹੀਂ ਹੁੰਦਾ, ਕਿਉਂਕਿ ਮੇਲੇ 'ਚ ਮਹਾਂਪੁਰਸ਼ਾਂ ਦਾ ਆਸ਼ੀਰਵਾਦ ਹੁੰਦਾ, ਸੰਤਾਂ ਫਕੀਰਾਂ ਦੀ ਬਹੁਤ ਕਿਰਪਾ ਹੁੰਦੀ ਹੈ। ਤਾਂ ਮੇਰੇ ਲੱਗਦੇ ਸਾਡੇ ਸਤਿਕਾਰਯੋਗ ਬਾਬਾ ਜੀ ਸ਼੍ਰੀ ਕਲੰਦਰ ਜੀ, ਉਹਨਾਂ ਦੇ ਸਾਰੀ ਟੀਮ ਦਾ ਮੈਂ ਬਾਬਾ ਦਾ ਸ਼ੁਕਰਗੁਜ਼ਾਰ ਹਾਂ, ਜਿਹੜੇ ਬਹੁਤ ਇਹ ਪਵਿੱਤਰ ਸਥਾਨ 'ਤੇ ਬਹੁਤ ਖੂਬਸੂਰਤ ਮੇਲੇ ਕਰਾਉਂਦੇ ਨੇ। ਮੈਂ ਸ਼੍ਰੀ ਜੀ ਨੂੰ ਕਈ ਵਾਰੀ ਬੇਨਤੀ ਕੀਤੀ ਬਾਬਾ ਜੀ ਨੂੰ ਕਿ ਅਸੀਂ ਮੇਲਾ ਕਰਾਉਣ, ਸਾਡੇ ਉੱਤੇ ਚਰਨ ਪਾ ਦਿਉ। ਕਹਿੰਦੇ ਸੋਚੂਗਾ। ਮੈਂ ਕੋਈ ਗੱਲ ਨਹੀਂ, ਸੰਤੋਖ ਕਾਹਨ ਤੁਹਾਡੀ ਡਿਊਟੀ ਹੈ। ਜੇ ਬਾਬਾ ਨਾ ਆਇਆ ਤਾਂ ਮੈਂ ਕਈ ਵਾਰੀ ਆਇਆ ਕਰਨਾ ਇੱਥੇ, ਇਹ ਨਹੀਂ ਕਹਿੰਦਾ ਮੈਂ ਆਉਣਾ, ਮੈਂ ਕਈ ਵਾਰੀ ਆਉਣਾ ਕਈ ਵਾਰੀ, ਕਿਉਂਕਿ ਹੱਸ ਕੇ ਕਹਿੰਦੇ ਬਜ਼ੁਰਗ ਜਿਹੜੇ ਹੁੰਦੇ ਆ ਉਹ ਹਰ ਗੱਲ 'ਚ ਉਹਨਾਂ ਦਾ ਕੋਈ ਮਹਿਨਾ ਹੁੰਦਾ। ਜੇ ਹਾਸੇ ਦੀ ਗੱਲ ਕਰਦੇ ਤਾਂ ਵੀ ਬਹੁਤ ਵੱਡਾ ਮਹਿਨਾ ਹੁੰਦਾ, ਜੇ ਗੁੱਸੇ ਦੀ ਗੱਲ ਕਰਦੇ ਤਾਂ ਵੀ ਬਹੁਤ ਵੱਡਾ ਮਹਿਨਾ ਹੁੰਦਾ। ਕਹਿੰਦੇ ਇੱਕ ਬਾਬਾ ਪੋਤੇ ਨੂੰ ਖੜਾ ਰਿਹਾ ਸੀ, ਮੈਂ ਵੀ ਪੋਤੇ ਵਾਲਾ ਹੋ ਗਿਆ ਹੁੰਦਾ। ਇੱਕ ਬਾਬਾ ਕਹਿੰਦੇ ਪੋਤੇ ਨੂੰ ਖੜਾ ਰਿਹਾ ਸੀ, ਬੜੇ ਲਾਡ ਲੜਾ ਰਿਹਾ ਸੀ ਅਤੇ ਪੋਤਾ ਡਿੱਗ ਪਿਆ ਥੱਲੇ। ਡਿਪਟੀ ਸਾਹਿਬ ਜਦੋਂ ਪੋਤਾ ਡਿੱਗਾ ਥੱਲੇ ਤਾਂ ਨਹੁੰ ਨੇ ਮਚਾ ਦੇ ਤਰ ਥੱਲੇ, ਨਹੁੰ ਨੇ ਮਚਾ ਦੇ ਤਰ ਥੱਲੇ। ਕਹਿੰਦੀ ਬਾਬਾ ਤੂੰ ਮੇਰੇ ਪੁੱਤ ਨੂੰ ਹੱਥ ਨਾ ਲਾਈ। ਬਾਬਾ ਕਹਿੰਦਾ ਤੂੰ ਵੀ ਇਹ ਸਹੁੰ ਖਾਈ, ਮੈਂ ਤੇਰੇ ਪੁੱਤ ਨੂੰ ਹੱਥ ਨਹੀਂ ਲਾਉਂਦਾ, ਤੂੰ ਮੇਰੇ ਪੁੱਤ ਨੂੰ ਹੱਥ ਲਾਉਂਦਾ। ਮੈਂ ਤੇਰੇ ਪੁੱਤ ਨੂੰ ਹੱਥ ਨਹੀਂ ਲਾਉਣਾ, ਤੂੰ ਮੇਰੇ ਪੁੱਤ ਨੂੰ ਹੱਥ ਲਾਈ। ਕਹਿੰਦਾ ਅੱਜ ਤੋਂ ਬਾਅਦ ਤੂੰ ਮੇਰੇ 'ਤੇ ਨਾ ਹਰਖ ਗਈ, ਨਹੀਂ ਮੈਂ ਤੇਰੇ ਪੁੱਤ ਨੂੰ ਦੱਸਾਂਗਾ, ਤੂੰ ਮੇਰੇ ਪੁੱਤ ਨੂੰ ਦੱਸੇਗੀ। ਇਹ ਗੱਲ ਸੁਣ ਕੇ ਨਹੁੰ ਨੇ ਸੁੱਟ ਦਿੱਤੇ ਹਥਿਆਰ, ਕਹਿੰਦੀ ਜਿਹਨੂੰ ਮਰਜ਼ੀ ਖਟਾਓ ਬਾਪੂ ਜੀ, ਸਾਰਾ ਤੇਰਾ ਹੀ ਹੈ ਪਰਿਵਾਰ, ਆਪਣਾ ਪਰਿਵਾਰ, ਤਾੜੀ ਮਾਰੋ। ਇਹ ਗੀਤ ਆ ਵੀ ਹਾਸਾ ਗੋਰੇ ਦਾ ਅਤੇ ਗੁੱਸਾ ਕਾਲੇ ਦਾ, ਦਬਕਾ ਜੀਜੇ ਦਾ ਤਲਾ ਸਾਲੇ ਦਾ, ਕੰਧਾਂ ਕੱਚੀਆਂ ਨੇ ਅਤੇ ਗੱਲਾਂ ਸੱਚੀਆਂ ਨੇ। ਤੁਹਾਨੂੰ ਸਤਿਕਾਰਯੋਗ ਇਸ ਬਾਬਾ ਸਹਿਜਾਂ ਵਾਲੇ ਪਵਿੱਤਰ ਸਥਾਨ 'ਤੇ ਨਮਸਤਕ ਹੋਣ ਆਏ ਸਾਰੇ ਦੋਸਤੋ, ਵੀਰੋ, ਬਜ਼ੁਰਗੋ, ਬੱਚੋ, ਸਭ ਤੋਂ ਪਹਿਲਾਂ ਮੈਂ ਸਾਰੇ ਮਹਾਂਪੁਰਸ਼ਾਂ ਦਾ ਜਿਹੜੇ ਮੇਰੇ ਸਾਹਮਣੇ ਸੁਸ਼ੋਭਤ ਨੇ ਉਹਨਾਂ ਦਾ ਆਸ਼ੀਰਵਾਦ ਲੈ ਕੇ, ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਪਰਮ ਮਿੱਤਰ ਬਾਬਾ ਸ਼ਿੰਦਾ ਕਲੰਦਰ ਜੀ ਉਹਨਾਂ ਦਾ ਆਸ਼ੀਰਵਾਦ ਲੈ ਕੇ, ਸਾਡੇ ਪ੍ਰਧਾਨ ਸਾਹਿਬ ਉਹਨਾਂ ਦਾ, ਢਿੱਲੋਂ ਸਾਹਿਬ ਉਹਨਾਂ ਦਾ, ਦੱਤਾ ਜੀ ਉਹਨਾਂ ਦਾ, ਡਿਪਟੀ ਸਾਹਿਬ ਬਿਕਰਮਜੀਤ ਸਿੰਘ ਜੀ ਮੇਰੇ ਪਰਮ ਮਿੱਤਰ ਨੇ, ਸਾਡੇ ਸੁੱਖ ਦੇ ਵਿੱਚ ਜਦੋਂ ਕਿਤੇ ਸਾਡੇ 'ਤੇ ਭੀੜ ਬਣੇ ਇਹ ਨਿਸ਼ਾਵਨ ਕਰਦੇ ਨੇ, ਇਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਸਾਰੇ ਭੈਣਾਂ ਭਰਾਵਾਂ ਦਾ, ਸਾਰੇ ਮਜੀਸ਼ੀਅਨ ਦਾ, ਦਵਿੰਦਰ ਜੀ ਬਹੁਤ ਹੀ ਖੂਬਸੂਰਤ, ਸਾਰੇ ਫਨਕਾਰਾਂ ਦੇ ਨਾਲ ਤਾੜੀਆਂ ਮਾਰ ਦਿਉ। ਇਹ ਉਹ ਫਨਕਾਰ ਨੇ ਜਿਨ੍ਹਾਂ ਦਾ ਦੁਨੀਆਂ 'ਚ ਬਹੁਤ ਵੱਡਾ ਮੁਕਾਮ ਆ। ਮੈਂ ਬਾਬਾ ਜੀ ਸ਼ਿੰਦਾ ਜੀ ਦੇ ਸਾਰੇ ਨੂੰ ਅਤੇ ਚੌਹਾਨ ਸਾਹਿਬ ਨੂੰ, ਚੌਹਾਨ ਸਾਹਿਬ ਨੂੰ ਬਹੁਤ ਸ਼ੁਕਰਗੁਜ਼ਾਰ ਹਾਂ। ਚੌਹਾਨ ਸਾਹਿਬ ਜਦੋਂ ਮੇਰੇ ਤੋਂ ਪਹਿਲਾਂ ਲੌਰੀਆ ਸਾਹਿਬ ਆਏ ਸਟੇਜ 'ਤੇ, ਇਹਨੇ ਅਨਾਊਂਸਮੈਂਟ ਕੀਤੀ ਵੀ ਜਿਹਨੂੰ ਪਰਮਾਤਮਾ ਨੇ ਕਲਾ ਵੀ ਦਿੱਤੀ ਆ, ਰੰਗ ਰੂਪ ਵੀ ਦਿੱਤਾ, ਮੈਨੂੰ ਰੱਬ ਨੇ ਕਲਾ ਤਾਂ ਦਿੱਤੀ, ਰੰਗ ਦੇਣੇ ਨੂੰ ਪਤਾ ਨਹੀਂ ਰੱਬ ਕੀ ਝੋਨਾ ਝਾੜਦਾ ਸੀ, ਭੁੱਲ ਹੀ ਗਿਆ। ਕਹਿੰਦੇ ਸਭੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ, ਸਭੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ, ਕਿਸੇ ਕੋ ਜ਼ਮੀਨ ਨਹੀਂ ਮਿਲਤੀ, ਕਿਸੇ ਕੋ ਅਸਮਾਨ ਨਹੀਂ ਮਿਲਤਾ। ਜੇ ਰੱਬ ਇਹ ਵੀ ਨਾ ਦਿੰਦਾ ਫਿਰ ਕਿਹੜਾ ਮੈਂ ਕਿੱਟਾ ਭਰ ਦਿੰਦਾ। ਇਸ ਕਰਕੇ ਜੋ ਪਰਮਾਤਮਾ ਨੇ ਦਿੱਤਾ ਉਹਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ। ਇੱਕ ਵਾਰੀ ਤਾੜੀਆਂ ਮਾਰ ਦਿਓ ਮੇਰਾ ਛੋਟਾ ਵੀ। ਮੈਨੂੰ ਇਹ ਤਾਂ ਪਤਾ ਨਹੀਂ ਬਾਬਾ ਜੀ, ਕਿਉਂਕਿ ਬੰਦਾ ਦਿਲ ਦਾ ਗੋਰਾ ਹੋਣਾ ਚਾਹੀਦਾ, ਸਾਫ਼ ਹੋਣਾ ਚਾਹੀਦਾ, ਉਹ ਤੁਹਾਡੇ 'ਚ ਗੱਲ ਹੈ। ਪਰ ਇੱਕ ਗੱਲ ਹੋਰ ਹੈ ਵੀ ਕਹਿੰਦੇ ਬੰਦੇ ਦੇ ਨਾਲ ਗਾਉਣ ਵਾਲੀ ਜਿਹੜੀ ਹੈ ਉਹ ਅੱਜ ਤੱਕ ਸੰਧੀਲਾ ਸਾਹਿਬ ਦਾ ਰਿਕਾਰਡ ਆ ਵੀ ਇੰਨੀ ਸੋਹਣੀ ਹੋਰ ਕਿਸੇ ਨਾਲ ਨਹੀਂ ਆਈ ਅੱਜ ਤੱਕ ਇਸ ਮੇਲੇ 'ਚ। ਇੱਕ ਵਾਰ ਜ਼ੋਰਦਾਰ ਤਾਲੀਆਂ ਵਜਾਓ ਇਸ ਮੇਲੇ ਦੇ ਸੰਧੀਲਾ ਸਾਹਿਬ ਨਾਲ ਜਿਹੜੀ ਜੋੜੀਦਾਰ ਵਿਵਾਦ ਵੀ, ਕਿਆ ਬਾਤ ਹੈ, ਬੜੀ ਕਿਰਪਾ ਸਤਿਗੁਰ ਦੀ, ਇਹ ਰਹਿਮਤ ਹੀ ਹੈ, ਇਹ ਤੁਹਾਡੇ ਕੱਲਿਆਂ ਦਾ ਹੀ ਹੈ। ਉਹ ਹਰੇਕ ਵਾਰੀ ਇਹ ਵੀ ਸ਼ੁਕਰ ਹੈ ਗੁਜ਼ਾਰਦਾ
ਕਿ ਜੇ ਹਰੇਕ ਵਾਰ ਨਵੀਂ ਆਉਂਦੀ ਹੈ ਤੇ ਚੜ੍ਹਦੀ ਤੋਂ ਚੜ੍ਹਦੀ ਹੁੰਦੀ ਬਾਬਾ ਜੀ, ਕੋਈ ਮਾੜੀ ਨਹੀਂ ਹੁੰਦੀ, ਆਉਂਦੀ ਹਰੇਕ ਸਾਲ ਨਵੀਂ ਹੈ। ਇੱਕ ਵਾਰ ਜ਼ੋਰਦਾਰ ਤਾਣੀਆਂ ਜਸਵੰਤ ਸੰਧੀਲਾ ਜੀ ਲਈ। ਪਿਓ ਦੇ ਪੁੱਤ ਕੰਨਾਂ ਦੇ ਨਾਲ ਨਾਲ ਥੋੜੀ ਅੱਖਾਂ ਨੂੰ ਮੰਨ ਗਿਆ, ਥੋੜੀ ਮਿਹਨਤ ਬਹੁਤ ਕਾਇਮ ਹੈ ਕਾਕਾ, ਪਤਾ ਨਹੀਂ ਕਿਹੜਾ ਸੋਮਾ ਪਾਉਂਦੇ ਆ, ਇੱਕੋ ਚੀਜ਼ ਦਿਖੀ ਜਾਂਦੀ ਇਹਨਾਂ ਨੂੰ, ਹੋਰ ਕੋਈ ਦਿੰਦਾ ਹੀ ਨਹੀਂ, ਕੋਈ ਹੋਰ ਵੀ ਦੇਖ ਰਿਹਾ ਕਰੋ। ਮੈਂ ਵੀ ਆਇਆ, ਮੈਂ ਕਿਹੜਾ ਇੱਥੇ ਗਿੱਟੇ ਬਣਾਇਆ, ਮੈਂ ਵੀ ਇਸੇ ਕੰਮ ਆਇਆ ਹਾਂ, ਮੇਰਾ ਵੀ ਗਾਉਣ ਸੁਣਿਆ ਕਰੋ। ਇਹ ਕੀ ਇਸ ਗੱਲ ਕੇ ਕੋ ਸੰਤਾਂ ਦੀ, ਮੈਂ ਸੰਤੋਖ ਜੀ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ, ਮੇਰੇ ਸਤਿਕਾਰਯੋਗ ਵੀਰ ਨੇ, ਕਿਸੇ ਦਾ ਨਾਂ ਨਾ ਲਿਆ ਗਿਆ ਹੋਵੇ ਉਹ ਤੋਂ ਮਾਫ਼ੀ ਚਾਹੂੰਗਾ। ਮੇਰਾ ਛੋਟਾ ਵੀਰ ਪਿਆਰਾ ਜੈਈ ਸਾਹਿਬ ਤਸ਼ਰੀਫ ਲਿਆਇਆ ਵਾ, ਸਾਡਾ ਮੇਰਾ ਪਰਿਵਾਰ ਦਾ ਮੈਂਬਰ ਆ, ਮੇਰਾ ਛੋਟਾ ਭਰਾ ਆ, ਬਹੁਤ ਬਹੁਤ ਸ਼ੁਕਰੀਆ ਜੀ। ਕਿਉਂਕਿ ਦੁਨੀਆਂ 'ਤੇ ਪੈਸਿਆਂ ਦੇ ਬੜੇ ਲੋਕ ਆਉਂਦੇ ਨੇ, ਬੜੇ ਪੋਲੀਟੀਕਲ ਪਾਵਰ ਵਾਲੇ ਹੁੰਦੇ ਨੇ, ਪਰ ਸੰਤਾਂ ਫਕੀਰਾਂ ਦੀ ਦੁਨੀਆਂ 'ਤੇ ਹਮੇਸ਼ਾ ਪੂਜਾ ਹੁੰਦੀ ਆ। ਇੱਕ ਗੀਤ ਪੇਸ਼ ਕਰਨ ਲੱਗਾ, ਐਵੇਂ ਲੋਕ ਕਹਿੰਦੇ ਹੁੰਦੀ ਪੌੜ ਅਮੀਰਾਂ ਦੀ, ਜਗ ਮੇ ਸਭ ਤੋਂ ਉੱਚੀ ਹੁੰਦੀ ਸ਼ਾਨ ਫਕੀਰਾਂ ਦੀ, ਪਿੰਡ ਫਕੀਰਾਂ ਨਾਲ ਤਾੜੀ ਮਾਰ ਦਿਓ, ਉਸ ਤੋਂ ਬਾਅਦ ਪਹਾੜੀ ਪੰਜਵੀਂ ਦੀ। ਕੋਈ ਕੰਮ ਕਰੀਏ ਲਜਤਾ ਦੇ, ਮੇਰੇ ਥੱਲੇ ਇੱਟਾਂ ਲੱਗ, ਗੱਲ ਇੱਦਾਂ ਵੀ ਇਹ ਬਹੁਤ ਵੱਡਾ ਫਨਕਾਰ ਆ, ਇਹਨਾਂ ਨੇ ਜਿੰਨੇ ਪੰਜਾਬ 'ਚ ਵੱਡੇ ਵੱਡੇ ਆਰਟਿਸਟ ਆ ਉਹਨਾਂ ਨੇ ਸੰਗਤ ਕੀਤੀ ਆ। ਇੱਕ ਦਿਨ ਮੈਨੂੰ ਇਹਨਾਂ ਨੇ ਸਪੈਸ਼ਲੀ ਕਿਹਾ, ਭਾਈ ਗੁਰਦਾਸ ਜੀ ਨੂੰ ਕਿਹਾ, ਮੈਂ ਗੁਰਦਾਸ ਕੋਲ ਸਪੈਸ਼ਲ ਥੋੜ੍ਹੀ ਸਿਫਾਰਿਸ਼ ਕੀਤੀ ਭਾਈ ਜੀ ਤੋਂ, ਭਾਅ ਜੀ ਕਹਿੰਦਾ ਮੇਰਾ ਵੱਡ ਭਾਗ ਹੋਣਾ। ਬਹੁਤ ਬਹੁਤ ਸ਼ੁਕਰੀਆ। ਉਹ ਕੰਮ ਕਰੀਏ ਲਚਤਾ ਦੇ, ਕੰਮ ਕਰੀਏ ਲਚਤਾ ਦੇ, ਉਹ ਜਿਨ੍ਹਾਂ ਨੇ ਪਿਆਰ ਬੀਤਿਆ ਉਹਨੇ ਉਹਦੇ ਨੇ ਮੁਹੱਬਤਾ ਦੇ, ਉਹ ਜਿਨ੍ਹਾਂ ਨੇ ਪਿਆਰ ਬੀਤਿਆ ਉਹਨੇ ਉਹਦੇ ਨੇ ਮੁਹੱਬਤਾ ਦੇ, ਉਹ ਜਿਨ੍ਹਾਂ ਨੇ ਪਿਆਰ ਬੀਤਿਆ ਰੋਟੀ ਸੋਨੇ ਦੀ ਕੋਈ ਨਹੀਂ ਖਾਂਦਾ ਓਏ, ਰੋਟੀ ਸੋਨੇ ਦੀ ਕੋਈ ਨਹੀਂ ਖਾਂਦਾ, ਭਲੇ ਦੇ ਕੰਮ ਕਰ ਸੱਜਣਾ ਪੈਸਾ ਨਾਲ ਨਹੀਂ ਜਾਂਦਾ, ਭਲੇ ਦੇ ਕੰਮ ਕਰ ਸੱਜਣਾ ਪੈਸਾ ਨਾਲ ਇਹ ਮੇਰਾ ਛੋਟਾ ਭਰਾ ਆ, ਬੜਾ ਅੱਛਾ ਕਲਾਕਾਰ ਹੈ, ਸਿੱਧਰ ਦਿਲ ਦੇਖੋ ਬੰਦਾ ਦਿਲ ਦੇਖੋ ਹੈ। ਕੰਮ ਵਗਦੀ ਨਹੀਂ ਚੱਕਦੀ, ਕੰਮ
ਪੜਦੀ ਨਹੀਂ ਚੱਕਦੀ ਉਹ ਪੈਸਿਆਂ ਨੇ ਇਕੱਠੇ ਕਰਦਾ ਨਹੀਂ ਕੱਫਣ ਨੂੰ ਜੇਬ ਲੱਗਦੀ ਓਏ ਪੈਸੇ ਨੇ ਤੇ ਇਕੱਠੇ ਕਰਦਾ ਨਹੀਂ ਕੱਫਣ ਨੂੰ ਜੇਬ ਲੱਗਦੀ ਪੈਸਿਆਂ ਨੇ ਇਕੱਠੇ ਕਰਦਾ ਤੇ ਪੈਸਾ ਹੀ ਬਣ ਜਾਂਦਾ ਪੈਸਾ ਹੀ ਬਣ ਜਾਂਦਾ ਏ ਜਦ ਜਾਨ ਅਮੀਰਾਂ ਦੀ ਓ ਜਾਨ ਅਮੀਰਾਂ ਦੀ ਪਰ ਜਗ ਵਿੱਚ ਸਭ ਤੋਂ ਉੱਚੀ ਹੁੰਦੀ ਸ਼ਾਨ ਫਕੀਰਾਂ ਦੀ ਜਗ ਵਿੱਚ ਸਭ ਤੋਂ ਉੱਚੀ ਹੁੰਦੀ ਸ਼ਾਨ ਫਕੀਰਾਂ ਦੀ ਜਗ ਵਿੱਚ ਸਭ ਤੋਂ ਉੱਚੀ ਹੁੰਦੀ ਸ਼ਾਨ ਫਕੀਰਾਂ ਦੀ ਜਗ ਵਿੱਚ ਸਭ ਤੋਂ ਉੱਚੀ ਸ਼ਰਾਬਾਂ ਚੰਗੀ ਸ਼ਰਾਬਾਂ ਫਿਕਰ ਨਾ ਕਰੇ ਬਾਬਾ ਜੀ ਦੇ
ਸਿਸਟਮ ਨੱਚਦਾ, ਲੋਕੀ ਕਹਿੰਦੇ ਸੰਦੀਲਾ ਪਤਲਾ ਬਹੁਤ ਹੋ ਗਿਆ। ਜ਼ਿੰਦਗੀ ਦਾ ਮਾਣ ਹੁੰਦਾ, ਮੇਰੀ ਮਾਤਾ ਦਾ ਸਨਮਾਨ ਚਿੰਦਾ ਕਲੰਦਰ ਜੀ ਉਹਨਾਂ ਨੇ ਇੱਥੇ ਗੋਲਡ ਮੈਡਲ ਪਾ ਕੇ ਦਿੱਤਾ। ਮੇਰੀ ਮਾਂ ਲਾਸਟ ਦਿਨ ਤੱਕ ਇਹਨਾਂ ਨੂੰ ਯਾਦ ਕਰਦੀ ਰਹੀ, ਤਾੜੀਆਂ ਮਾਤਾ ਨੂੰ ਦਰਬਾਰ ਵਾਸਤੇ, ਮੇਰੀ ਮਾਤਾ ਦੀ ਖੁਸ਼ੀ ਵਾਸਤੇ ਜੋ ਇਹਨਾਂ ਨੇ ਕੰਮ ਕੀਤਾ। ਮੈਂ ਮਾਣ ਨਾਲ ਹੀ ਇਹਨਾਂ ਨਾਲ ਗੁੱਸੇ ਵੀ ਹੋ ਜਾਂਦਾ, ਇਹ ਮਾਣ ਨਾਲ ਮੈਨੂੰ ਮਨਾ ਵੀ ਲੈਂਦੇ, ਮੈਂ ਤਾਂ ਮੰਨਣ ਨੂੰ ਤਿਆਰ ਹੀ ਖੜਾ, ਮਗਰ ਮਨਾ ਕੇ ਨਹੀਂ ਦੇਖੇ ਕੋਈ ਕਹਿੰਦੇ ਗੀਤ ਬਾਬਾ ਜੀ ਗੀਤ ਹੁੰਦਾ ਸੀ, ਮੋਲਰ ਮਿੱਤਰਾਂ ਦੀ ਚੱਲ ਬਰਨਾਲੇ ਚਲੀ ਗਈ, ਉਹ ਗੀਤ ਸੀ, ਲਾਈਨ ਸੀ ਕਿ ਸੌ ਮੈਨੂੰ ਢਾਡੀ ਦੀ ਇਸ ਮੁੰਡੇ ਦੀ ਨਿਗਾਨੀ ਮਾੜੀ, ਇਕੱਠੇ ਅਸੀਂ ਰਹਿ ਪੜਦੇ ਨੀ ਸਾਡੀ ਨਿੱਕੇ ਹੁੰਦਿਆਂ ਦੀ ਯਾਰੀ, ਇਹ ਨਿੱਕਿਆਂ ਦੀ ਯਾਰੀ ਸੰਗੀ
ਜ਼ਿੰਦਾ ਜਲੰਧਰ ਦੇ ਸਾਰਿਆਂ ਨੂੰ ਤਾੜੀਆਂ ਮਾਰਦਾ, ਬਹੁਤ ਸ਼ੁਕਰੀਆ। ਮੇਲਾ ਕਹਿੰਦੇ ਉਹ ਮੇਲਾ ਜਿੱਥੇ ਮਨ ਖੁਸ਼ ਹੋਵੇ, ਜਿੱਥੇ ਮਨ ਉਦਾਸ ਹੋਵੇ ਉਹ ਮੇਲਾ ਨਹੀਂ ਹੁੰਦਾ, ਕਿਉਂਕਿ ਮੇਲੇ 'ਚ ਮਹਾਂਪੁਰਸ਼ਾਂ ਦਾ ਆਸ਼ੀਰਵਾਦ ਹੁੰਦਾ, ਸੰਤਾਂ ਫਕੀਰਾਂ ਦੀ ਬਹੁਤ ਕਿਰਪਾ ਹੁੰਦੀ ਹੈ। ਤਾਂ ਮੇਰੇ ਲੱਗਦੇ ਸਾਡੇ ਸਤਿਕਾਰਯੋਗ ਬਾਬਾ ਜੀ ਜ਼ਿੰਦਾ ਜਲੰਧਰ ਜੀ